ਤੁਸੀਂ ਦਿਲ ਤੇ ਹੱਥ ਰੱਖ ਕੇ ਕਹਿ ਸਕਦੇ ਹੋ ਕਿ ਤੁਸੀਂ ਜਿਹੜੀ ਤੁਹਾਨੂੰ ਗ੍ਰਾਂਟ ਆਈ ਜੋ ਪੈਸਾ ਆਇਆ ਤੁਸੀਂ ਪਿੰਡ ਤੇ ਲਾਇਆ? ਅਸੀਂ ਇਹ ਚੀਜ਼ ਪੂਰੀ ਦਾਅਵੇ ਨਾਲ ਕਹਿ ਸਕਦੇ ਹਾਂ, ਦਿਲ ਦੀ ਗੱਲ ਕਿ ਦਾਅਵੇ ਨਾਲ ਕਹਿੰਦੇ ਵੀ ਜਿਹੜਾ ਅਸੀਂ ਪੈਸਾ ਸਾਡੇ ਕੋਲ ਆਇਆ ਅਸੀਂ ਪਿੰਡ 'ਚ ਕੰਮ ਕੀਤਾ ਅਤੇ ਪਿੰਡ 'ਚ ਕੰਮ ਦਿਸ ਰਿਹਾ ਵੀ ਸਾਡਾ ਕੀਤਾ। ਮੇਰੇ ਕੋਲ ਪਾਣੀ ਦੀ ਨਿਕਾਸੀ ਦਾ ਬੜਾ ਸਮੱਸਿਆ ਤੁਹਾਡੇ ਪਿੰਡ ਦੇ ਵਿੱਚ ਆ ਰਹੀ ਹੈ। ਮੇਰੇ ਕੋਲ ਛੱਪੜ ਸੀ ਸਾਡੇ, ਅਸੀਂ ਉਹਨੂੰ ਡੂੰਘਾ ਕਰਵਾਇਆ ਗਾ, ਉੱਥੇ ਸਾਡੇ ਆਰ ਓ ਸੀਗਾ ਕੋਲ, ਉੱਥੇ ਪਾਣੀ ਖੜ ਜਾਂਦਾ। ਨਾਲੀਆਂ ਇੱਧਰਲੀ ਸਾਈਡ ਤਾਂ ਬੰਦ ਨੇ, ਜੇ ਆਪਾਂ ਪਿੱਛੇ ਵਾਲੀ ਸਾਈਡ ਜਾਈਏ ਉੱਧਰ ਨਹੀਂ ਬੰਦ ਹੈਗੇ? ਇੱਕੇ ਦਿਨ ਕੋਈ ਕੰਮ ਨਹੀਂ ਹੁੰਦਾ ਹੁੰਦਾ, ਜੇ ਅਸੀਂ ਕਹਿ ਦਾਂਗੇ ਅਸੀਂ 5 ਸਾਲਾਂ 'ਚ ਸਾਰਾ ਪਿੰਡ ਸਵਾਰ ਦਾਂਗੇ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਸਵਾਰ ਲੂਗਾ। 5 ਸਾਲਾਂ 'ਚ ਕੀ ਨਹੀਂ ਹੋਇਆ, ਨੋਟਬੰਦੀ ਨਹੀਂ ਆਈ, ਕਰੋਨਾ ਨਹੀਂ ਆਈ, ਕਿ ਚੋਣ ਜਾਬਤੇ ਨਹੀਂ ਲੱਗਦੇ? ਉਹ ਨਾਂ ਦੀ ਧਰਮਸ਼ਾਲਾ ਸੀ, ਧਰਮਸ਼ਾਲਾ ਉਹਦੇ ਵਿੱਚ ਤਾਂ ਦਰਖਤ ਉਗਰੇ ਖੜ੍ਹੇ ਸੀ, ਉਹ ਅਸੀਂ ਨਵੀਂ ਪਾਈ ਹੈ। ਜੇ ਜਿਹੜੇ ਲੋਕ ਬਾਹਰ ਦੇ ਨੇ ਜਿਹੜਾ ਕੰਮ ਕੀਤਾ ਇਹ ਤੁਹਾਨੂੰ, ਇਹ ਜਿਹੜਾ ਬੰਦਾ ਕਹਿੰਦਾ ਵੀ ਇਹ ਇੰਨਾ ਯਾਰ ਲੋਕ ਕਰਵਾ ਰਹੇ ਆ, ਇਹ ਤੁਹਾਨੂੰ ਦੱਸ ਦੇਣਗੇ ਵੀ ਕੀ ਕਰਵਾਇਆ। ਹੋਰ ਸੀ ਜਿਵੇਂ ਇੱਥੇ ਕਿ ਵੀ ਗ੍ਰਾਂਟ ਹੋਈ ਸੀ ਜਾਂ ਕੁਛ ਮੱਛੀਆਂ ਵਾਲਾ ਹੈਗਾ ਤੁਹਾਡਾ, ਉੱਥੇ ਬਣਿਆ ਛੱਪੜ ਬਣਿਆ ਹੋਇਆ ਹੈਗਾ ਅਤੇ ਉੱਥੇ ਹਰੇ ਬਾਈ ਹੈ, ਮੱਛੀ ਤਾਂ ਕੋਈ ਦਿਖਦੀ ਨਹੀਂ ਪਈ। ਸਾਨੂੰ ਜੀ ਜਿੰਨਾ ਚਿਰ ਪਹਿਲਾਂ ਮੈਂ ਸਰਪੰਚ ਬਣਿਆ ਸੀ ਮੈਨੂੰ ਮੇਰੇ ਪਿੰਡ ਦੇ ਲੋਕਾਂ ਨੇ ਵੋਟਾਂ ਪਾਈਆਂ, ਮੈਂ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਰੱਖਿਆ। ਅਸੀਂ ਛੱਪੜ 'ਚ ਬੜੇ ਹੋਏ ਹਾਂ, ਅਸੀਂ ਛੱਪੜ 'ਚ ਖੜ ਕੇ ਆਪ ਕੰਮ ਕੀਤਾ, ਅਸੀਂ ਛੱਪੜ ਦੇ ਵਿੱਚ ਵੜ ਕੇ ਆਪ ਕੰਮ ਕੀਤਾ। ਸੋ ਪਿੰਡ ਗੁਲਾਬਗੜ੍ਹ ਦੇ ਵਿੱਚ ਪਹੁੰਚੇ ਹੋਏ ਸੀਗੇ, ਪਿੰਡ ਦੇ ਲੋਕਾਂ ਨੇ ਵਿਕਾਸ ਵੀ ਦਿਖਾਇਆ ਅਤੇ ਕੁਝ ਮੰਗਾਂ ਵੀ ਸੀ, ਕੁਝ ਸ਼ਿਕਾਇਤਾਂ ਵੀ ਸੀ ਉਹਨਾਂ ਦੇ ਵਿੱਚ, ਉਹਨਾਂ ਦੇ ਮਨ ਦੇ ਵਿੱਚ ਜੋ ਗੱਲਾਂ ਸੀਗੀਆਂ ਉਹ ਅਸੀਂ ਸਰਪੰਚ ਸਾਹਿਬ ਦੇ ਨਾਲ ਸਾਂਝੀਆਂ ਕਰ ਲਵਾਂਗੇ, ਕਿਉਂਕਿ ਇਹਨਾਂ ਦੇ ਹਿੱਸੇ ਰਿਹਾ ਪਿੰਡ, ਇਹਨਾਂ ਨੇ ਵਿਕਾਸ ਕਰਵਾਇਆ, ਜੋ ਵੀ ਕੰਮ ਕਰਵਾਏ ਨੇ। ਸਰਪੰਚ ਸਾਡੇ ਨਾਲ ਪਿੰਡ ਦੇ ਮੌਜੂਦ ਨੇ, ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ ਜੀ ਸਰ? ਵਧੀਆ ਜੀ ਸਰ। ਅੱਛਾ, ਮੈਂ ਦੇਖਿਆ ਪਿੰਡ ਦਾ ਮਾਹੌਲ ਬਹੁਤ ਸੋਹਣਾ, ਕਹਿੰਦੇ ਵੀ ਬਣਾਇਆ ਹੋਇਆ ਹੈਗਾ ਪਿੰਡ, ਪਰ ਕੁਛ ਕੁ ਸਵਾਲ ਨੇਗੇ। ਦੱਸੋ ਜੀ ਕੀ ਸਵਾਲ ਹੈ? ਇਹ ਹੈ ਕਿ ਪਾਣੀ ਦੀ ਨਿਕਾਸੀ ਦਾ ਬੜਾ ਸਮੱਸਿਆ ਤੁਹਾਡੇ ਪਿੰਡ ਦੇ ਵਿੱਚ ਆ ਰਹੀ ਹੈ, ਉਹਦਾ ਮਸਲਾ ਕੋਈ ਹੱਲ ਨਹੀਂ ਹੋਇਆ ਜਾਂ ਕੀ ਕਾਰਨ ਸੀਗਾ? ਨਿਕਾਸੀ ਦਾ ਜਿੱਥੇ ਸਾਡੇ ਮੰਨ ਲਓ ਵੀ ਸੀਗੀ ਜ਼ਿਆਦਾ ਪ੍ਰੋਬਲਮ, ਸਾਨੂੰ ਡੇਰੇ ਕੋਲ ਛੱਪੜ ਸੀ ਸਾਡੇ, ਅਸੀਂ ਉਹਨੂੰ ਡੂੰਘਾ ਕਰਵਾਇਆ ਹੈਗਾ, ਉੱਥੇ ਸਾਡੇ ਆਰ ਓ ਸੀਗਾ ਕੋਲ, ਉੱਥੇ ਪਾਣੀ ਖੜ ਜਾਂਦਾ ਸੀ, ਉਹ ਕਰਵਾਇਆ। ਜਿੱਥੇ ਆਪਾਂ ਹੁਣ ਇੱਥੇ ਬੈਠੇ ਹਾਂ ਇੱਥੇ ਨਾਲੀਆਂ ਸੀ ਬਹੁਤ ਵੱਡੀਆਂ ਵੱਡੀਆਂ, ਇੱਥੇ ਸੀਵਰੇਜ ਪਾਇਆ ਗਾ ਅਤੇ ਪੂਰਾ ਪ੍ਰਬੰਧ ਹੈਗਾ, ਕੋਈ ਸਾਡੇ ਇਹੋ ਜਿਹੀ ਥਾਂ ਹੀ ਨਹੀਂ ਹੈਗੀ ਵੀ ਜਿੱਥੇ ਪਾਣੀ ਖੜਦਾ। ਜਿੱਥੇ ਖੜਦਾ ਮੀਂਹ ਆਉਣ 'ਤੇ ਸਾਰੇ ਪਿੰਡ 'ਚ ਕੀ ਸ਼ਹਿਰ 'ਚ ਕੀ ਹਰੇਕ ਥਾਂ 'ਤੇ ਖੜ ਜਾਂਦਾ, ਸਾਡਾ ਪਿੰਡ ਥਾਂ ਥਾਂ 'ਤੇ ਸੁੱਕਾ ਹੈਗਾ, ਜਿੱਥੇ ਮਰਜ਼ੀ ਨੀਗਾ ਮਾਰੋ। ਪਰ ਇਹ ਜੇ ਗੱਲ ਕਰੀਏ ਵੀ ਨਾਲੀਆਂ ਇੱਧਰਲੀ ਸਾਈਡ ਤਾਂ ਬੰਦ ਨੇ, ਜੇ ਆਪਾਂ ਪਿੱਛੇ ਵਾਲੀ ਸਾਈਡ ਜਾਈਏ ਉੱਧਰ ਨਹੀਂ ਬੰਦ ਹੈਗੀਆਂ ਜੀ? ਇਹੋ ਜੀ ਸਾਡੇ ਸਾਰੇ ਪਿੰਡ 'ਚ ਨਹੀਂ ਬੰਦ ਸੀਗੀਆਂ ਪਹਿਲਾਂ। ਅੱਛਾ, ਇੱਕੇ ਦਿਨ ਕੋਈ ਕੰਮ ਨਹੀਂ ਹੁੰਦਾ ਹੁੰਦਾ, ਜੇ ਅਸੀਂ ਕਹਿ ਦਾਂਗੇ ਅਸੀਂ 5 ਸਾਲਾਂ 'ਚ ਸਾਰਾ ਪਿੰਡ ਸਵਾਰ ਦਾਂਗੇ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਸਵਾਰ ਲੂਗਾ। ਜਿੰਨੀ ਸਾਡੀ ਪਹੁੰਚ ਲੱਗੀ, ਜਿੰਨੀ ਸਾਨੂੰ ਪੇਮੈਂਟ ਗ੍ਰਾਂਟ ਮਿਲੀ, ਅਸੀਂ ਉਸ ਹਿਸਾਬ ਨਾਲ ਜਿੱਥੇ ਜਿੱਥੇ ਜ਼ਿਆਦਾ ਮਾੜੇ ਥਾਂ ਸੀ ਉੱਥੋਂ ਸ਼ੁਰੂਆਤ ਕੀਤੀ ਹੈ ਜੀ। ਅੱਛਾ ਜੀ। ਹਾਂ, ਜਿੱਥੇ ਆਪਾਂ ਬੈਠੇ ਹਾਂ ਮੇਰੇ ਘਰ ਦੇ ਵਾਰ ਮੂਹਰੇ ਆ ਮੇਰੀ ਵੀਹੀ ਹੈ, ਇਹ ਘੱਟੋ ਘੱਟ 6 ਇੰਚ ਨੀਵੀਂ ਹੈ ਵੀਹੀ, 6 ਇੰਚ ਨੀਵੀਂ ਆ ਗਾਂਹ ਵਾਲੀ ਵੀਹੀ ਤੋਂ। ਨੀਵੀਂ ਕਿਉਂ ਰੱਖੀ ਹੈ ਅਤੇ ਉਹ ਉੱਚੀ ਕਿਉਂ ਕੀਤੀ ਗਈ? ਗਾਹਾਂ ਮੂਹਰੇ ਇੱਕ ਲੋਕਲੀ ਸੜਕ ਹੈ ਜੀ ਗੁਰੂ ਘਰ ਦੇ ਸਾਹਮਣੇ, ਉਹ ਜੇ ਅਸੀਂ ਇਹਨੂੰ ਨੀਵੀਂ ਰੱਖਦੇ ਸੀ ਤਾਂ ਉਹ ਤੋਂ ਨੀਵੀਂ ਰਹਿੰਦੇ ਸੀ ਸਾਰੀ ਡੋਬਦੀ, ਅਸੀਂ ਉਹਨੂੰ ਉੱਚੀ ਕਰਤੀ, ਆਹ ਥਾਂ ਅਸੀਂ ਨੀਵਾਂ ਕਰ ਲਿਆ ਆਪਦਾ। ਇਹ ਨਹੀਂ ਸੋਚਿਆ ਅਸੀਂ ਵੀ ਸਾਡੀ ਵੀਹੀ ਹੈ 200 ਫੁੱਟ ਇਹ ਅਤੇ ਅਸੀਂ ਇਹਨੂੰ ਉੱਚੀ ਕਰ ਲਈਏ, ਅਸੀਂ ਸੋਚਿਆ ਵੀ ਜਿੱਥੇ ਮਾੜਾ ਥਾਂ ਵੀ ਜਿੱਥੋਂ ਜ਼ਿਆਦਾ ਲੋਕ ਨਾ ਆਉਂਦੇ ਆ ਉਹਨੂੰ ਸਹੀ ਕਰੀਏ ਅਤੇ ਇਹ ਤਾਂ ਹੌਲੀ ਹੌਲੀ ਫੇਰ ਹੋਊਗੀ। ਇੱਕੇ ਦਿਨ ਕੋਈ ਕੰਮ ਸਹੀ ਨਹੀਂ ਹੁੰਦਾ ਜੀ, ਆਪਾਂ ਆਖਦੇ ਵੀ ਅੱਜ ਹੀ ਅਸੀਂ ਸਾਰਾ ਪਿੰਡ ਟੌਪ ਬਣਾ ਦਿਆਂਗੇ। ਸਮਾਂ ਤਾਂ ਖਾਸਾ ਹੀ ਮਿਲ ਗਿਆ ਸੀ ਸਾਨੂੰ ਜੀ, 5 ਸਾਲ ਮਿਲੇ, 5 ਸਾਲਾਂ 'ਚ ਕੀ ਨਹੀਂ ਹੋਇਆ, ਨੋਟਬੰਦੀ ਨਹੀਂ ਆਈ, ਕਰੋਨਾ ਨਹੀਂ ਆਈ, ਕਿ ਚੋਣ ਜਾਬਤੇ ਨਹੀਂ ਲੱਗਦੇ? ਨੋਟਬੰਦੀ ਤਾਂ ਉਦੋਂ ਹੈ ਵੀ ਨਹੀਂ ਸੀ ਜੀ, ਸਾਡੇ 'ਚ ਹੀ ਆਉਂਦੀ ਸੀ। ਅਸੀਂ ਕੀ ਕੀਤਾ, ਹੁਣ ਜਦੋਂ ਆਪਾਂ ਸਾਰਾ ਕੁਛ ਇਹ ਕਰਦੇ ਹਾਂ ਸਾਨੂੰ
ਜਦੋਂ ਪੰਚਾਇਤਾਂ ਭੰਗ ਹੋ ਗਈਆਂ, ਅਸੀਂ ਭਾਵੇਂ ਕੁਛ ਦਿਨ ਹੀ ਭੰਗ ਰਹੇ ਪਰ ਸਾਡੇ 3 ਮਹੀਨੇ ਭੰਗ ਦੇ ਵਿੱਚ ਲੰਘ ਗਏ ਮੁੜ ਕੇ। ਸਾਨੂੰ ਵਕੀਲ ਵਗੈਰੇ ਕਰਕੇ ਸਾਡੀਆਂ ਮੁੜ ਕੇ ਸਾਨੂੰ ਜਿਹੜੀਆਂ ਹੈਗੀਆਂ ਪਾਵਰਾਂ ਵਾਪਸ ਦਿੱਤੀਆਂ। ਫਿਰ ਸਾਡੇ ਪਿੰਡ ਦੇ ਵਿੱਚ ਜੀ ਧਰਮਸ਼ਾਲਾ ਸੀ ਇੱਕ ਜ਼ਿਮੀਂਦਾਰਾਂ ਵਾਲੀ, ਉਹ ਨਾਂ ਦੀ ਧਰਮਸ਼ਾਲਾ ਸੀ ਵੀ ਧਰਮਸ਼ਾਲਾ, ਉਹਦੇ ਵਿੱਚ ਤਾਂ ਦਰਖਤ ਉੱਗਰੇ ਖੜ੍ਹੇ ਸੀ, ਉਹ ਅਸੀਂ ਨਵੀਂ ਪਾਈ ਹੈ। ਆ ਜਿਹੜੀ ਹੁਣ ਪਿੱਛੇ ਤੁਹਾਡੇ ਮੈਂ ਦੇਖ ਕੇ ਆਈ ਪਰ ਉਹ ਤਾਂ ਕਹਿੰਦੇ ਕੰਮ ਚੱਲ ਰਿਹਾ ਸੀਗਾ, ਕੰਮ ਚੱਲਦਾ ਚੱਲਦਾ ਰੁਕ ਗਿਆ, ਕੀ ਕਾਰਨ ਸੀਗਾ ਉਹਦਾ? ਨਹੀਂ ਚੱਲਦਾ ਨਹੀਂ ਰੁਕਿਆ ਜੀ, ਜਿੰਨੇ ਉਹਦੀ ਗ੍ਰਾਂਟ ਆਈ ਅਸੀਂ ਉਹਦੀ ਛੱਤ ਬਦਲ ਕੇ, ਛੱਤ ਪਾਈ ਉਹਦੀ, ਅਸੀਂ ਉਹਦੀਆਂ ਕੰਧਾਂ ਢਵਾ ਕੇ। ਲੋਕ ਕਹਿ ਰਹੇ ਆ ਕਿ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਵਿਕਾਸ ਕਰਵਾਇਆ, ਪਰ ਤੁਹਾਡੇ ਪਿੰਡ ਦੇ ਲੋਕ ਕਹਿ ਰਹੇ ਆ ਕਿ ਉਹ NRIs ਨੇ ਕਰਵਾਇਆ, ਜੋ ਵੀ ਵਧੀਆ ਕੁਛ ਕਰਵਾਇਆ ਹੈਗਾ। NIR ਆ ਜਿਹੜਾ ਕਿਹਨੇ ਕਰਵਾਇਆ ਜੀ, ਮੈਨੂੰ ਪਤਾ ਲੱਗੇ ਵੀ ਕੀ ਕਰਵਾਤਾ ਉਹਨਾਂ ਨੇ, ਜਿਹੜਾ ਅਸੀਂ ਕਰਵਾਇਆ ਉਹ ਅਸੀਂ ਦੱਸ ਰਹੇ ਹਾਂ। ਮੈਂ ਮੇਰੇ ਖੂਹ ਤੋਂ ਲੈ ਕੇ ਗੁਰੂ ਘਰ ਤੱਕ ਲੋਕ ਟਾਇਲ ਲਵਾਈ, ਸੀਵਰੇਜ ਪਵਾਇਆ, 2 ਧਰਮਸ਼ਾਲਾ ਬਣਵਾਈਆਂ, ਸ਼ਮਸ਼ਾਨ ਘਾਟ ਸਾਡੇ ਉੱਥੇ ਰੂੜੀਆਂ ਲੱਗੀਆਂ ਹੁੰਦੀਆਂ ਸੀ ਉਹ ਬਣਵਾਇਆ। ਜਿਹੜਾ ਮੰਨ ਲਓ ਅਸੀਂ ਕੰਮ ਕੀਤਾ ਆ, ਸਾਡਾ ਕੰਮ ਕੀਤਾ ਦੀਂਦਾ ਹੈਗਾ, ਅਸੀਂ ਦੱਸ ਸਕਦੇ ਹਾਂ। ਜਿਹੜਾ ਤੁਹਾਨੂੰ ਸਵਾਲ ਕਰਦਾ ਵੀ ਇਹਨਾਂ ਨੇ ਆਹ ਕੰਮ ਨਹੀਂ ਕੀਤਾ, ਅਸੀਂ ਉਹਨੂੰ ਦਿਖਾਵਾਂਗੇ ਅਸੀਂ ਇਹ ਕੀਤਾ, ਜਿਹੜਾ ਅਸੀਂ ਨਹੀਂ ਕੀਤਾ ਅਸੀਂ ਮੰਨਾਂਗੇ ਵੀ ਅਸੀਂ ਨਹੀਂ ਕੀਤਾ, ਆਹ ਵਿਹੀ ਹੈ ਨਹੀਂ ਬਣੀ, ਮੈਂ ਮੰਨ ਰਿਹਾ ਵੀ ਨਹੀਂ ਬਣੀ। ਜਿੱਥੋਂ ਲੈ ਕੇ ਸੀਵਰੇਜ ਪਾਇਆ ਸਾਰੇ ਮੇਰੇ ਲੋਕਾਂ ਨੂੰ ਵੀ ਪਤਾ ਵੀ ਕਿੱਥੇ ਕਿੱਥੇ ਸੀਵਰੇਜ ਪਾਇਆ, ਮੈਂ ਇੱਥੋਂ ਬੈਠਾ ਦੱਸ ਵੀ ਸਕਦਾ। ਦਾਦਿਆਂ ਦੇ ਘਰ ਤੋਂ ਲੈ ਕੇ ਐਂ ਬਲਵਿੰਦਰ ਸਿੰਘ ਦੇ ਘਰ ਤੱਕ ਸੀਵਰੇਜ ਪਾਇਆ, ਇੱਥੋਂ ਲੈ ਕੇ RO ਤੱਕ ਸਾਡੇ ਸੀਵਰੇਜ ਪਾਇਆ। ਮੇਰੇ ਇੱਕ ਇੱਕ ਚੀਜ਼ ਦਿਮਾਗ 'ਚ ਹੈ, ਕੋਈ ਮੈਨੂੰ ਜੀ ਇੰਨਾ ਨਹੀਂ ਆ ਵੀ ਮੈਨੂੰ ਲਿਖ ਕੇ ਕਾਪੀ ਚੱਕਣੀ ਪਊ ਜਾਂ ਮੈਨੂੰ ਕੀ ਕਰਨਾ ਪਊ। ਸਾਡੇ ਆ ਪਿੰਡ 'ਚ ਬੈਂਚ ਨਹੀਂ ਹੁੰਦੇ ਸੀ, ਇਹ ਵੀ ਮੈਂ ਤਰ੍ਹਾਂ ਹੈ। ਜੇ ਜਿਹੜੇ ਲੋਕ ਬਾਹਰਦੇ ਨੇ ਜਿਹੜਾ ਕੰਮ ਕੀਤਾ, ਇਹ ਤੁਹਾਨੂੰ ਇਹ ਜਿਹੜਾ ਬੰਦਾ ਕਹਿੰਦਾ ਵੀ ਇਹ NIR ਲੋਕ ਕਰਵਾ ਰਹੇ ਆ, ਇਹ ਤੁਹਾਨੂੰ ਦੱਸ ਦੇਣਗੇ ਵੀ ਕੀ ਕਰਵਾਇਆ। ਕੋਈ ਸੜਕ ਬਣਵਾਈ ਹੋਵੇ, ਕੋਈ RO ਲਵਾਇਆ ਹੋਵੇ ਜਾਂ ਕੁਛ ਕੀਤਾ ਹੋਵੇ, ਜਿਹੜੇ ਉਹਨਾਂ ਨੇ ਕੰਮ ਕੀਤੇ ਆ ਉਹ ਮੇਰੇ ਧਿਆਨ 'ਚ ਹੈ। ਜਿਵੇਂ ਕਿ ਲਾਈਟਾਂ ਵਗੈਰੇ ਲਵਾਤੇ ਜਾਂ ਜਿਵੇਂ ਮੰਨ ਲਓ ਸਾਡੇ ਪਿੰਡ 'ਚ ਕੈਮਰੇ ਲੱਗੇ ਆ ਇਹ ਲਵਾਤੇ, ਇਹ ਸਾਡੇ ਕਲੱਬ ਦਾ ਅਤੇ NRI ਜਿਹੜੇ ਵੀਰ ਆ ਉਹਨਾਂ ਦਾ ਸਹਿਯੋਗ ਹੈ। ਬਾਕੀ ਜਿਹੜੇ ਕੰਮ ਆ ਜਿਵੇਂ ਸ਼ਮਸ਼ਾਨ ਘਾਟ ਬਣਾਇਆ ਉਹ ਅਸੀਂ ਸ਼ੁਰੂਆਤੀ ਉੱਥੋਂ ਕਰੀ ਸੀ, ਸ਼ਮਸ਼ਾਨ ਘਾਟ ਲਵਾਏ ਜਾਂ ਅਸੀਂ ਪੰਚਾਇਤ ਘਰ ਦੇ ਵਿੱਚ ਸ਼ੈੱਡ ਪਵਾਇਆ ਅਤੇ ਕੰਮ ਕੀਤਾ। ਜਿਹੜਾ ਕੂੜਾ ਕਰਕਟ ਹੈ ਸਾਡਾ ਦਰੂਰ ਥੋੜ੍ਹਾ ਜ਼ਰੂਰ ਬਣ ਗਿਆ ਵੀ ਪਿੰਡ ਤੋਂ, ਉਹ ਸਾਡੇ ਪਿੰਡ ਦੇ ਲੋਕਾਂ ਦਾ ਤਰਾਜ਼ ਸੀ, ਜਿੱਥੇ ਬਣਾਉਂਦੇ ਸੀ ਥਾਂ ਥਾਂ 'ਤੇ ਤਰਾਜ਼ ਆ ਜਾਂਦਾ ਸੀ। ਸਾਨੂੰ ਪਿੱਛੇ BDO ਸਾਹਿਬ ਦਾ ਹੁਕਮ ਸੀ ਵੀ ਤੁਸੀਂ 36 ਦਿਨੇ ਬਣਾਓ, ਪਿੰਡ ਤੋਂ ਜ਼ਰੂਰ ਉਹ 1-1.25 ਕਿਲੋਮੀਟਰ ਦੂਰ ਹੈਗਾ ਗਾ, ਪਰ ਸਾਡੇ ਉਹ ਵੀ ਬਣਿਆ ਹੋਇਆ। ਠੀਕ ਹੈ ਸਰਪੰਚ ਸਾਹਿਬ, ਇੱਕ ਹੋਰ ਸੀ ਜਿਵੇਂ ਇੱਥੇ ਕਿਹਾ ਵੀ ਗ੍ਰਾਂਟ ਹੋਈ ਸੀ ਆ ਕੁਛ ਮੱਛੀਆਂ ਵਾਲਾ ਹੈਗਾ ਤੁਹਾਡਾ, ਉੱਥੇ ਬਣਿਆ ਛੱਪੜ ਬਣਿਆ ਹੋਇਆ ਹੈਗਾ ਅਤੇ ਉੱਥੇ ਹਰੇ ਬਾਈ ਹੈ, ਮੱਛੀ ਤਾਂ ਕੋਈ ਦਿਖਦੀ ਨਹੀਂ ਪਈ, ਉਹ ਕੀ ਸਿਸਟਮ ਹੈ? ਜਿਹੜਾ ਪਾਣੀ ਕੱਸੀ ਦਾ ਜੀ, ਜਿੱਥੇ ਕੱਸੀ ਦਾ ਪਾਣੀ ਹੋਊਗਾ ਉੱਥੇ ਹਰੇ ਬਾਈ ਆਊਗੀ ਆਊਗੀ। ਕੋਈ ਛੱਪੜ ਹੋਵੇ, ਕੋਈ ਪਾਣੀ ਵਾਲਾ ਸਰੋਵਰ ਹੋਵੇ ਜਿੱਥੋਂ ਆਪਾਂ ਪਾਣੀ ਕੱਸੀ ਦਾ ਛੱਡਤਾ, ਉੱਥੇ ਹਰੇ ਬਾਈ ਹੋਊਗੀ ਲਾਜ਼ਮੀ। ਜਿਹੜੇ ਛੱਪੜ ਹੈ ਪੰਚਾਇਤ ਤਾਂ ਉਹਦੇ 'ਚ ਇੱਕ ਚੰਗਾ ਸਾਫ਼ ਪਾਣੀ ਪਾ ਸਕਦੀ ਹੈ, ਜਿਹੜਾ ਉਹਦੇ ਵਿੱਚ ਜਿਹੜਾ ਉਹਦਾ ਧਿਆਨ ਆ ਉਹਦੇ 4 ਚੁਫੇਰੇ ਲੋਕ ਕੂੜਾ ਕਰਕਟ ਨਾ ਸੁੱਟਣ, ਜਾਂ ਅਸੀਂ ਉੱਥੇ ਜਾਲ ਲਾਇਆ, ਜਿਹੜਾ ਜਾਲੀ ਲਾਈ ਹੈ ਉਹ ਵੀ ਲਾਈ ਹੋਈ ਹੈ, ਜਾਂ ਅਸੀਂ ਉੱਥੇ ਕੋਈ ਆਖੇ ਵੀ ਮੱਛੀਆਂ ਤੁਸੀਂ ਛੱਡੀਆਂ, ਤਾਂ ਸਾਡੇ ਕੋਲ ਇਹੋ ਜਿਹੀ ਕੋਈ ਸਕੀਮ ਨਹੀਂ ਵੀ ਜਿਹੜੀਆਂ ਮੈਂ 5 ਸਾਲਾਂ ਦੇ ਵਿੱਚ ਉਹ 'ਚ ਕੋਈ ਮੱਛੀ ਦੀ ਸਕੀਮ ਲੈ ਕੇ ਅਤੇ ਮੱਛੀ ਫਾਰਮ ਉੱਥੇ ਜਾਂ ਕਾਗਜ਼ਾਂ 'ਚ ਤਾਂ ਉਹ ਪਾਸ ਹੋਈ ਹੋਈ ਹੈ ਨਾ, ਜਿਹੜੇ ਮੱਛੀਆਂ ਤੁਹਾਨੂੰ ਨਹੀਂ ਪਤਾ ਤੁਹਾਡੇ 'ਤੇ ਮੱਛੀਆਂ? ਮੇਰੇ 5 ਸਾਲਾਂ 'ਚ ਜੇ ਪਾਸ ਹੋਈ ਹੋਈ ਤਾਂ ਮੈਂ ਇੱਕ ਵਾਰ ਪਹਿਲਾਂ ਵੀ ਕਿਸੇ ਨੂੰ ਬੋਲਿਆ ਸੀ ਵੀ ਜੇ ਕੋਈ ਮੇਰੇ 5 ਸਾਲਾਂ ਦੇ ਵਿੱਚ ਹੈ ਇਹ ਗੱਲ ਤਾਂ ਮੇਰੇ ਸਾਹਮਣੇ ਲਿਆ ਕੇ ਦੱਸੋ, ਪਰ ਮੇਰੇ ਧਿਆਨ 'ਚ ਨਹੀਂ, ਪਰ ਕਿਉਂਕਿ ਅਸੀਂ ਉਹ ਕਰਵਾਈ ਨਹੀਂ ਪਾਸ। ਹਾਂ ਇਹ ਜ਼ਰੂਰ ਹੈ ਪਾਣੀ ਸਾਫ਼ ਸੁਥਰਾ ਉਹਦੇ 'ਚ, ਅਤੇ ਜੇ ਉਹਨੂੰ ਆਪਾਂ ਟੈਸਟ ਵੀ ਕਰਾਈਏ ਤਾਂ ਕੱਸੀ ਦਾ ਪਾਣੀ ਆਊ। ਅੱਜ ਉੱਥੇ ਤਾਂ ਕੋਈ ਜਾਨਵਰ ਨਹੀਂ ਜਾ ਸਕਦਾ, ਕੋਈ ਡੰਗਰ ਨਹੀਂ ਜਾ, ਤੁਸੀਂ ਕਹਿ ਰਹੇ ਹੋ ਟੇਸਟ ਕਰਨ ਦੀ ਗੱਲ ਕਰ ਰਹੇ ਹੋ, ਹਰੀ ਬਾਈ ਤਾਂ ਪੂਰੇ ਪਾਣੀ 'ਚ ਜੰਮੀ ਹੋਈ ਹੈ। ਅੱਜ ਕੱਲ੍ਹ ਦੀ ਰੁੱਤ ਹੈ, ਪਸ਼ੂ ਡੰਗਰ ਲੋਕ ਨਹੀਂ ਛੱਡਦੇ ਅੱਜ ਕੱਲ੍ਹ, ਰੁੱਤ ਬਦਲੀ ਹੋਈ ਹੈ, ਪਸ਼ੂ ਡੰਗਰ ਘੱਟ ਗਏ ਆ ਪਿੰਡਾਂ 'ਚ, ਤਾਂ ਕਰਕੇ ਉੱਥੇ ਹਰੇ ਬਾਈ ਆਉਂਦੀ ਹੈ। ਜਦੋਂ ਪਸ਼ੂ ਇਹਦੇ 'ਚ ਗੇੜਾ ਦੇਣਗੇ ਜਾਂ ਕੁਛ ਕਰਨਗੇ ਹਰੇ ਬਾਈ ਆਟੋਮੈਟਿਕ ਖਤਮ ਹੁੰਦੀ ਹੈ, ਜਦੋਂ ਪਾਣੀ ਇੱਕ ਥਾਂ 'ਤੇ ਜਮਿਆ ਹੋਇਆ ਹਰੇ ਬਾਈ ਆਟੋਮੈਟਿਕ ਵੱਧਦੀ ਹੈ। ਅਤੇ ਫਿਰ ਉਹਦੀ ਸਫਾਈ ਦਾ ਕੀ ਕਰਨਾ? ਜਿਹੜੀ ਉਹਦੀ ਸਫਾਈ ਹੈ ਇਹ ਸਾਨੂੰ ਕੀ ਕਰਦੇ ਆ ਵੀ ਨਰੇਗਾ 'ਚੋਂ ਸਫਾਈ ਕਰਾ ਲਓ। ਕਿਹੜਾ ਬੰਦਾ ਐਡਾ ਹੈਗਾ ਵੀ ਜਿਹੜਾ ਨਰੇਗਾ 'ਚ ਜਾ ਕੇ, ਬਜ਼ੁਰਗ ਬੰਦੇ ਹੁੰਦੇ ਆ, ਬੀਬੀਆਂ ਹੁੰਦੀਆਂ, ਅਸੀਂ ਉਹਨਾਂ ਨੂੰ ਛੱਪੜਾਂ 'ਚ ਨਹੀਂ ਥੋੜ੍ਹਾ ਵਾੜਾਂਗੇ। ਹਾਂ ਅਸੀਂ ਜਦੋਂ ਉਹਦੇ 'ਚ ਜਿਹੜੀ ਤੁਸੀਂ ਮੱਛੀ ਦੀ ਗੱਲ ਕਰਦੇ ਹੋ, ਮੈਂ ਹੁਣ ਵੀ ਗਰੰਟੀ ਕਰਦਾ ਛੱਡੀਆਂ ਤਾਂ ਹੈ ਨਹੀਂ, ਅਸੀਂ ਜਾਲ ਸਿੱਟਦੇ ਹਾਂ,
ਸੋ 5-7 ਮੱਛੀਆਂ ਤੁਹਾਡੇ ਜੋਗੀਆਂ ਮਿਲ ਜਾਣਗੀਆਂ ਉੱਥੋਂ। ਇਹ ਨਹੀਂ ਹੈਗੀ ਮੱਛੀਆਂ ਨਹੀਂ ਹੈਗੀਆਂ, ਪਰ ਛੱਡੀਆਂ ਹੈ ਨਹੀਂ, ਪਰ ਫਿਰ ਵੀ ਮਿਲ ਜਾਣਗੀਆਂ, ਮੈਂ ਗਰੰਟੀ ਕਰਦਾ ਇਸ ਚੀਜ਼ ਦੀ। ਅਤੇ ਜਦੋਂ ਉਹਨਾਂ ਦੀ ਆਕਸੀਜਨ ਘੱਟਦੀ ਹੈ ਮੱਛੀਆਂ ਦੀ, ਮੈਂ 1000 ਵਾਰੀ ਉਹਦੇ 'ਚ ਅਸੀਂ ਉਹਦੇ 'ਚ ਕਲੀ ਪਾ ਦਿੰਦੇ ਹਾਂ ਕਿ ਬਿਨਾਂ ਉਹ ਫੰਡ ਤੋਂ ਊਂ ਚੱਕ ਕੇ ਵੀ ਚਲੋ 2 ਗੱਟੇ ਕਲੀ ਦੇ ਘੋਲ ਕੇ ਡਰੰਮ 'ਚ ਘੇਰੇ ਲੋੜ ਪਾ ਦਿਓ, ਉਹਦੇ 'ਚ ਨਾ ਹਰੇ ਵਾਈ ਘੱਟਦੀ ਹੈ ਨਾ ਇਹ ਮੱਛੀ ਨੂੰ ਆਕਸੀਜਨ ਮਿਲਦੀ ਹੈ, ਅਤੇ ਉੱਥੇ ਮੱਛੀਆਂ ਬਚ ਜਾਂਦੀਆਂ। ਸਰਪੰਚ ਸਾਹਿਬ, ਤੁਸੀਂ ਉੱਧਰਲੇ ਏਰੀਏ ਦੇ ਵਿੱਚ ਜਾ ਕੇ ਆਏ ਹੋ, ਵਿਜ਼ਿਟ ਕੀਤਾ ਉੱਥੇ ਤੁਸੀਂ? ਮੈਨੂੰ ਛੱਪੜਾਂ ਦੇ ਕਿਨਾਰੇ ਤੁਸੀਂ ਗਏ? ਇੱਕ ਇੱਕ ਪਿੰਡ ਦੇ ਵਿੱਚ ਮੇਰੇ ਘਰ ਦਾ ਪਤਾ, ਤੁਸੀਂ ਵਾਲੀ ਤਾਂ ਛੱਪੜ ਦੀ ਤਾਂ ਗੱਲ ਹੀ ਕੁਛ ਨਹੀਂ। ਅੱਛਾ, ਅਤੇ ਫਿਰ ਤੁਸੀਂ ਦੇਖਿਆ ਹੋਣਾ ਕਿ ਉੱਥੇ ਸਮੈਲ ਕਿੰਨੀ ਆਉਂਦੀ ਹੈ, ਕਿੰਨੇ ਮੱਛਰ ਨੇ, ਕਿੰਨਾ ਬੁਰਾ ਹਾਲ ਹੈ। ਲੋਕ ਘਰ ਵਾਲੇ ਜਿਹੜੇ ਕਹਿੰਦੇ ਨੇ ਪਰੇਸ਼ਾਨ ਹੋ ਰਹੇ, ਕਹਿੰਦੇ ਸਾਡੇ ਘਰਾਂ 'ਚ ਪਾਣੀ ਵੜ ਜਾਂਦਾ ਜਦੋਂ ਮੀਂਹ ਆਉਂਦਾ, ਤੁਸੀਂ ਉਹਨਾਂ ਨਾਲ ਗੱਲ ਕੀਤੀ? ਜਿਹੜਾ ਰੱਬ ਦਾ ਦੇਣ ਹੈ ਮੀਂਹ ਹੈ, ਜਿਹੜਾ ਮੀਂਹ ਨੂੰ ਕੌਣ ਰੋਕ ਸਕਦਾ, ਮੀਂਹ ਦੇ ਪਾਣੀ ਨੂੰ ਕੌਣ ਰੋਕ ਸਕਦਾ। ਜਿਹੜਾ ਛੱਪੜ 'ਤੇ ਘਰ ਹੈ ਤਾਂ ਪਾਣੀ ਦਾ ਵਿਕਾਸ, ਆਪਾਂ ਜਦੋਂ ਪਾਣੀ ਦੇ ਇੱਥੋਂ ਨਿਕਾਸੀ ਕਰਾਂਗੇ ਤਾਂ ਕਿੱਥੇ ਕੱਢਦੇ ਹਾਂ? ਛੱਪੜ 'ਚ ਪਾਣੀ ਨੇ ਛੱਪੜ 'ਚ ਜਾਣਾ, ਛੱਪੜ 'ਤੇ ਉੱਥੇ ਮੋਟਰ ਲੱਗੀ ਹੋਈ ਹੈ, ਜਦੋਂ ਪਾਣੀ ਵੱਧਦਾ ਸਾਡੇ ਮੋਟਰ ਲੱਗੀ ਹੋਈ ਹੈ, ਅਸੀਂ ਨਾਲ ਦੀ ਨਾਲ ਚੱਕ ਕੇ ਪਾਣੀ ਖੇਤਾਂ 'ਚ ਭੇਜਦੇ ਹਾਂ, ਪਾਣੀ ਲੱਗਦਾ ਸਾਡੇ 2 ਛੱਪੜਾਂ ਦੇ ਵਿੱਚ, ਸਾਡੇ ਮੋਟਰਾਂ ਲੱਗੀਆਂ ਉਵੇਂ ਚੱਕਦੇ ਹਾਂ ਪਾਣੀ ਜਾਂਦਾ ਸਾਡੇ। ਜਿਹੜਾ ਮੀਂਹ ਆਉਂਦਾ ਉਦੋਂ ਸਾਨੂੰ 1 ਦਿਨ ਪ੍ਰੋਬਲਮ ਆ ਸਕਦੀ ਹੈ, ਇਹ ਨਹੀਂ ਹੈਗਾ ਵੀ ਅਸੀਂ ਕਿਤੇ ਵੀ ਉੱਥੇ 6 ਮਹੀਨੇ ਪ੍ਰੋਬਲਮ 'ਚ ਆਏ ਜਾਂ ਸਾਲ ਪ੍ਰੋਬਲਮ ਬਚ। ਜਿਹੜੀ ਆ ਗਈ ਛੱਪੜ 'ਚੋਂ ਮੁਸ਼ਕ ਦੀ ਗੱਲ, ਛੱਪੜਾਂ ਦੇ ਵਿੱਚ ਜੀ ਵੇਖੋ ਜੇ ਅਸੀਂ ਗੰਦ ਸਿੱਟਣਾ ਹਟਾਂਗੇ ਤਾਂ ਫਿਰ ਇਹ 'ਚ ਇਕੱਲੀ ਪੰਚਾਇਤ ਜਾਂ ਮੇਰੀ ਸਰਕਾਰ, ਕੋਈ ਵੀ ਸਰਕਾਰ ਆ ਜੇ, ਅਕਾਲੀ ਹੋਵੇ, ਕਾਂਗਰਸ ਹੋਵੇ, ਝਾੜੂ ਹੋਵੇ, ਉਹ ਕੁਛ ਨਹੀਂ ਕਰ ਸਕਦੀ, ਸਾਨੂੰ ਆਪ ਨੂੰ ਵੀ ਕੁਛ ਕਰਨਾ ਚਾਹੀਦਾ। ਠੀਕ ਹੈ। ਸੋ ਮੈਂ ਤੁਹਾਡੇ ਸਮੇਂ ਦੇ ਵਿੱਚ ਜਦੋਂ 2 ਸਰਕਾਰਾਂ ਦੇਖੋ ਬਦਲੀਆਂ ਨੇ, ਕਾਂਗਰਸ ਸੀ ਅਤੇ ਕਾਂਗਰਸ ਤੋਂ ਬਾਅਦ ਆਮ ਆਦਮੀ ਪਾਰਟੀ ਆਈ, ਜੇ ਤੁਸੀਂ ਕਹੋ ਵੀ ਤੁਹਾਡੇ ਕੰਮ ਦੇ ਕਰਾਉਣ ਦੇ ਵਿੱਚ ਕੋਈ ਦਿੱਕਤ ਸਮੱਸਿਆ ਆਈ ਹੋਵੇ ਜਾਂ ਸਰਕਾਰਾਂ ਬਦਲਣ ਨਾਲ ਤੁਹਾਡੇ ਕੰਮ ਦੇ ਕੋਈ ਇਫੈਕਟ ਪਿਆ ਹੋਵੇ? ਸਾਨੂੰ ਜੀ ਜਿੰਨਾ ਚਿਰ ਪਹਿਲਾਂ ਮੈਂ ਸਰਪੰਚ ਬਣਿਆ ਸੀ, ਮੈਨੂੰ ਮੇਰੇ ਪਿੰਡ ਦੇ ਲੋਕਾਂ ਨੇ ਵੋਟਾਂ ਪਾਈਆਂ, ਮੈਂ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਰੱਖਿਆ ਸੀ, ਸਿੱਧਾ ਹੀ ਖੜਾ ਹੋਇਆ ਸੀ ਵੀ ਮੈਂ ਮੇਰੇ ਪਿੰਡ ਦਾ ਕੰਮ ਕਰੂੰ। ਜਦੋਂ ਪਾਰਟੀ ਜਿਹੜੀ ਸਰਕਾਰ ਹੁੰਦੀ ਹੈ ਮੌਕੇ 'ਤੇ ਪਾਰਟੀ ਦੇ ਨਾਲ ਪਾਰਟੀ ਨੂੰ ਸਰਪੰਚ ਨੂੰ ਜੁੜਨਾ ਪੈਂਦਾ। ਅਸੀਂ ਕਾਂਗਰਸ ਪਾਰਟੀ ਨਾਲ ਜੁੜੇ, ਕਾਂਗਰਸ ਪਾਰਟੀ ਨਾਲ ਜੁੜ ਕੇ ਸਾਨੂੰ ਗਰਾਂਟਾਂ ਮਿਲੀਆਂ, ਅਸੀਂ ਪਿੰਡ ਦੇ ਵਿੱਚ ਪੈਸਾ ਲਾਇਆ ਅਤੇ ਅਸੀਂ ਉਹੀ ਪੈਸਾ ਪਿੰਡ ਦੇ ਵਿੱਚ ਜਿੰਨਾ ਸਾਨੂੰ ਮਿਲਦਾ ਸੀ ਵੱਧ ਤੋਂ ਵੱਧ ਲਿਆਉਂਦੇ, ਅਸੀਂ ਮਿਹਨਤ ਕਰਦੇ ਜਿਵੇਂ ਮਰਜ਼ੀ ਕਰਦੇ, ਜਿਹੜਾ ਪੈਸਾ ਆਉਂਦਾ ਅਸੀਂ ਪਿੰਡ 'ਚ ਲਾਇਆ। ਤੁਸੀਂ ਚਲੋ ਇਹ ਗੱਲਾਂ ਨੇ, ਲੋਕਾਂ ਦੀ ਗੱਲਾਂ ਹੋਰ ਨੇ, ਤੁਹਾਡੀ ਗੱਲ ਹੋਰ ਹੈ, ਤੁਸੀਂ ਦਿਲ 'ਤੇ ਹੱਥ ਰੱਖ ਕੇ ਕਹਿ ਸਕਦੇ ਹੋ ਕਿ ਤੁਸੀਂ ਜਿਹੜੀ ਤੁਹਾਨੂੰ ਗਰਾਂਟ ਆਈ, ਜੋ ਪੈਸਾ ਆਇਆ, ਤੁਸੀਂ ਪਿੰਡ 'ਤੇ ਲਾਇਆ? ਅਸੀਂ ਇਹ ਚੀਜ਼ ਪੂਰੀ ਦਾਅਵੇ ਨਾਲ ਕਹਿ ਸਕਦੇ ਹਾਂ, ਦਿਲ ਦੀ ਗੱਲ ਕਿ ਦਾਅਵੇ ਨਾਲ ਕਹਿੰਦੇ ਵੀ ਜਿਹੜਾ ਅਸੀਂ ਪੈਸਾ ਸਾਡੇ ਕੋਲ ਆਇਆ, ਅਸੀਂ ਪਿੰਡ 'ਚ ਕੰਮ ਕੀਤਾ ਅਤੇ ਪਿੰਡ 'ਚ ਕੰਮ ਦਿਸ ਰਿਹਾ ਵੀ ਸਾਡਾ ਕੀਤਾ। ਤੁਸੀਂ ਦਿਲ 'ਤੇ ਹੱਥ ਰੱਖ ਕੇ ਕਹਿ ਸਕਦੇ ਹੋ ਕਿ ਤੁਸੀਂ ਜਿਹੜੀ ਤੁਹਾਨੂੰ ਗਰਾਂਟ ਆਈ, ਜੋ ਪੈਸਾ ਆਇਆ, ਤੁਸੀਂ ਪਿੰਡ 'ਤੇ ਲਾਇਆ? ਅਸੀਂ ਇਹ ਚੀਜ਼ ਪੂਰੀ ਦਾਅਵੇ ਨਾਲ ਕਹਿ ਸਕਦੇ ਹਾਂ, ਦਿਲ ਦੀ ਗੱਲ ਕਿ ਦਾਅਵੇ ਨਾਲ ਕਹਿੰਦੇ ਵੀ ਜਿਹੜਾ ਅਸੀਂ ਪੈਸਾ ਸਾਡੇ ਕੋਲ ਆਇਆ, ਅਸੀਂ ਪਿੰਡ 'ਚ ਕੰਮ ਕੀਤਾ ਅਤੇ ਪਿੰਡ 'ਚ ਕੰਮ ਦਿਸ ਰਿਹਾ ਵੀ ਸਾਡਾ ਕੀਤਾ। ਸਾਡਾ ਜਿਹੜੀ ਜਿੰਨੀ ਸਾਡੀ ਸੜਕ ਬਣੀ ਹੈ, ਅਸੀਂ ਜਿੱਥੇ ਜਿੱਥੇ ਇੱਟ ਲਾਈ ਹੈ ਲੋਕ ਟਾਇਲ ਲਾਈ ਆ, ਅਸੀਂ ਆਹ ਇੱਟ ਪੱਟ ਕੇ ਖੜੋਂਜਾ ਸਾਵੇਂ ਨਹੀਂ ਲਾਇਆ, ਇੱਟ ਲਾਈ ਆ ਜਿਹੜੀ ਲੋਕ ਟਾਇਲ ਹੀ ਲਾਈ ਆ, ਜਿੱਥੇ ਸੀਵਰੇਜ ਪਾਇਆ ਤਾਂ ਲੋਕਾਂ ਨੂੰ ਦਿਸ ਰਿਹਾ ਵੀ ਇੱਥੇ ਖਾਲੀ ਹੈ, ਨਹੀਂ ਤਾਂ ਸੀਵਰੇਜ ਪਾਇਆ ਗਿਆ। ਹਾਂਜੀ, ਅਸੀਂ ਜਿੱਥੇ ਕੰਮ ਕੀਤਾ ਦਿਲੋਂ ਕੀਤਾ, ਡਿਊਟੀ ਦੇ ਕੇ ਕੀਤਾ, ਉੱਤੇ ਖੜ ਕੇ ਕੰਮ ਕਰਾਇਆ। ਇਹ ਨਹੀਂ ਹੈਗਾ ਵੀ ਅਸੀਂ ਲਾਪਰਵਾਹੀ ਨਹੀਂ ਕੀਤੀ ਕੋਈ ਕੰਮ 'ਤੇ, ਜੇ ਮੰਨ ਲਓ ਠੇਕਾ ਦੇਤਾ ਤਾਂ ਠੇਕਾ ਦੇ ਕੇ ਸਰਪੰਚ ਚਿੱਟੇ ਪਾ ਕੇ ਖੜ ਜਾਂਦਾ। ਸਾਡੀਆਂ ਆਪਦੀਆਂ ਖੁਦ ਦੀਆਂ ਫੋਟੋਆਂ, ਅਸੀਂ ਛੱਪੜ 'ਚ ਬੜੇ ਹੋਏ ਹਾਂ, ਅਸੀਂ ਛੱਪੜ 'ਚ ਖੜ ਕੇ ਆਪ ਕੰਮ ਕੀਤਾ, ਅਸੀਂ ਛੱਪੜ ਦੇ ਵਿੱਚ ਵੜ ਕੇ ਆਪ ਕੰਮ ਕੀਤਾ। ਮੈਂ ਮੋਬਾਈਲ ਚੱਕ ਲਿਆਉਣਾ, ਮੈਂ ਹੁਣੇ ਹੁਣ ਤੁਹਾਨੂੰ ਸਾਰੀਆਂ ਫੋਟੋਆਂ ਦੇ ਸਕਦਾ ਵੀ ਇੱਥੇ ਮੈਂ ਕੰਮ ਕਰੀ ਜਾਂਦਾ ਦਿਖਾ ਦੂੰਗਾ। ਹਾਂਜੀ, ਇਹ ਮੈਥੋਂ ਚਾਹੇ ਵੀਡੀਓ ਆਪਦੀਆਂ ਫੋਨ ਲੈ ਸਕਦੇ ਹੋ ਤੁਸੀਂ ਵੀ ਇੱਥੇ ਬੰਦਾ ਕੰਮ ਕਰੀ ਜਾਂਦਾ। ਸ਼ਮਸ਼ਾਨ ਘਾਟ ਸਾਡੇ ਹੈ ਨਹੀਂ ਸੀਗਾ, ਬਹੁਤ ਛੋਟਾ ਸੀਗਾ ਜੀ, ਅਤੇ ਅੱਜ ਦੀ ਘੜੀ ਸਾਡੇ ਘੱਟੋ ਘੱਟ ਅੱਧੇ ਕਿੱਲੇ 'ਚ ਸ਼ਮਸ਼ਾਨ ਘਾਟ ਆ, ਸਾਨੂੰ ਲੋਕਾਂ ਨੂੰ ਦੱਸਣਾ ਪੈਂਦਾ ਵੀ ਇਹ ਸ਼ਮਸ਼ਾਨ ਘਾਟ ਹੈ ਅਤੇ ਲੋਕ ਪਾਰਕ ਮੰਨਦੇ ਜੀ ਉਹਨੂੰ। ਸਰਪੰਚ ਸਾਹਿਬ, ਇਹ ਤਾਂ ਚਲੋ ਸ਼ਮਸ਼ਾਨ ਘਾਟ ਵਾਲੀ ਗੱਲ ਤੁਹਾਡੀ ਬਹੁਤ ਚੰਗੀ ਹੈ, ਪਰ ਇੱਕ ਸਮੱਸਿਆ ਇਹ ਹੈ ਵੀ ਦੇਖੋ ਐਡਾ ਤੁਸੀਂ ਕਹਿ ਰਹੇ ਹੋ ਪਿੰਡ ਸੋਹਣਾ ਬਣਾਇਆ, ਚਲੋ ਦੇਖਣ 'ਚ ਬਹੁਤ ਸੋਹਣਾ ਲੱਗ ਵੀ ਰਿਹਾ, ਮੈਂ ਦੇਖ ਕੇ ਵੀ ਆਈ ਹਾਂ, ਪਰ ਇੱਥੇ ਬੱਸ ਨਹੀਂ ਆਉਂਦੀ, ਇਹ ਬੜੀ ਅਜੀਬੋ ਗਰੀਬ ਗੱਲ ਹੈ ਜੀ। ਜਿਹੜੀ ਬੱਸ ਹੈ ਜੀ, 2-3 ਵਾਰੀ ਅਸੀਂ ਯਤਨ ਕੀਤਾ ਗੱਡੀ ਲਵਾਉਣ ਦਾ, ਇੱਥੇ ਜਿਹੜੀ ਪ੍ਰਾਈਵੇਟ ਬੱਸ ਆ ਉਹ ਲੱਗ ਰਹੀ ਹੈ, ਇੱਥੋਂ ਭੁੱਚੋ ਤੋਂ ਗੱਡੀ ਆਉਂਦੀ ਹੈ ਬਠਿੰਡਾ, ਭੁੱਚੋ ਤੋਂ ਤੋਂਗਾਲੀ ਹੋ ਕੇ ਫੂਸ ਮੰਡੀ ਭਾਗੂ ਹੋ ਕੇ ਸਾਡੇ ਇੱਥੋਂ ਬਠਿੰਡਾ ਵਗ ਜਾਂਦੀ ਹੈ। ਜ਼ਿਆਦਾ ਇੱਕ ਬੱਸ ਫੇਲ ਹੋਣ ਦਾ ਕਾਰਨ ਅਸੀਂ ਆਪ ਹੈ, ਕੋਈ ਹੋਰ ਨਹੀਂ। ਸਾਡਾ ਜੀ ਅੱਡਾ ਜਿਹੜਾ ਕਟਾਰ ਸਿੰਘ ਵਾਲੇ ਦਾ ਕਿਲੋਮੀਟਰ ਦੇ ਵਿੱਚ ਹੈ,
ਜਦੋਂ ਸਾਡੀ ਬੱਸ ਦੇ ਵਿੱਚ 20 ਮਿੰਟ ਰਹਿੰਦੇ ਆ ਤਾਂ ਅਸੀਂ ਇੱਥੋਂ 20 ਮਿੰਟ ਨਹੀਂ ਉਡੀਕਦੇ, ਅਸੀਂ 10 ਮਿੰਟ ਪਹਿਲਾਂ ਕਹਿ ਦਿੰਦੇ ਅੱਡੇ 'ਤੇ ਪਹੁੰਚ ਜਾਂਗੇ ਉਹਨਾਂ ਨੂੰ। ਜਦੋਂ ਅਸੀਂ ਵਾਟਰ ਬਕਸ ਦੇ ਕੋਲ ਅੱਧ 'ਚ ਜਾ ਵੜਿੰਦੇ ਹਾਂ, ਬੱਸ ਵਾਲੇ ਪਹੁੰਚ ਜਾਂਦੇ ਉੱਥੇ, ਤਾਂ ਉਹ ਬੱਸ ਵਾਲੇ ਜਦੋਂ ਪਹੁੰਚ ਜਾਂਦੇ ਫਿਰ ਬੱਸ ਵਾਲਿਆਂ ਨੂੰ ਵੀ ਗਰਮੀ ਚੜ੍ਹਦੇ ਵੀ ਯਾਰ ਸਾਨੂੰ ਕੋਈ 10 ਮਿੰਟ ਵੀ ਨਹੀਂ ਉਡੀਕਦਾ, ਅਸੀਂ 3 ਵਾਰੀ ਗੱਡੀ ਇੱਧਰ ਕਰ ਲਈ। ਤਾਂ ਕਰਕੇ ਸਾਨੂੰ ਵੱਡੀ ਪ੍ਰੋਬਲਮ ਹੈਗੀ ਹੈ ਸਾਰਿਆਂ ਨੂੰ, ਸਾਡੀਆਂ ਧੀਆਂ ਭੈਣਾਂ ਜਾਂਦੀਆਂ, ਬੱਸ ਦੀ ਦਿੱਕਤ ਸਾਨੂੰ ਆਉਂਦੀ ਹੈ। ਕਹਿੰਦੇ ਪੜ੍ਹਾਈ ਛੁੱਟ ਗਈ ਹੈ, ਮੁੰਡੇ ਤਾਂ ਫਿਰ ਵੀ ਚਲੇ ਜਾਂਦੇ, ਬੱਚੀਆਂ ਕਿੱਦਾਂ ਜਾਣ? ਬੱਚੀਆਂ ਦੀ ਜੇ ਦਿੱਕਤ ਹੈਗੀ ਹੈ ਸਾਨੂੰ ਵੱਡੀ ਰੋਡ ਪੈਂਦੀ ਜਿਹੜੀ ਹੈਗੀ ਮਾਨਸਾ ਰੋਡ ਪੈਂਦੀ ਹੈਗੀ, ਬਠਿੰਡਾ ਮਾਨਸਾ ਰੋਡ, ਇੱਥੇ ਸਾਨੂੰ ਬੱਸਾਂ ਦੀ ਦਿੱਕਤ ਇਹ ਵੀ ਪੈਂਦੀ ਹੈ ਵੀ ਸਾਡੇ ਅੱਡੇ 'ਤੇ ਬੱਸ ਬਹੁਤ ਘੱਟ ਰੁਕਦੀ ਹੈ। ਮੇਰੀ ਬੇਟੀ ਇੱਕ ਦਿਨ 2:30 ਵਜੇ ਕਾਲਜੋਂ ਨਿਕਲੀ ਅਤੇ 4:45 ਵਜੇ ਮੈਂ ਫੋਨ ਕਰਿਆ ਮੈਨੂੰ ਗੁੜੀਆ ਨੇ ਵੀ ਮੈਨੂੰ ਲੈ ਕੇ ਜਾਓ। ਮੈਂ ਕਿਹਾ ਕਿਸੇ ਵੀ ਕਨੈਕਟਰ ਨਾਲ ਗੱਲ ਕਰੋ। ਫਿਰ ਮੈਂ ਪੁੱਛਿਆ ਬਾਈ ਜੀ ਤੁਹਾਨੂੰ ਸਮੱਸਿਆ ਕੀ ਹੈ? ਨਹੀਂ ਅਸੀਂ ਇੱਥੇ ਧਰਨਾ ਵਗੈਰਾ ਲਾਵਾਂਗੇ। ਨਹੀਂ ਅਸੀਂ ਲਿਖ ਕੇ ਦਿੰਦੇ ਜੇ ਕੁਛ ਲਿਖ ਕੇ ਦੇਣਾ, ਪਰ ਸਾਡੇ ਬੱਚੇ ਦਾ ਚੜਾਓ। ਉਹ ਆਦੇ ਬਾਈ ਅੱਜ ਚੜਾ ਲੈਂਦੇ ਕੱਲ੍ਹ ਨੂੰ ਆਓ। ਫਿਰ ਅਸੀਂ ਲਿਖ ਕੇ ਵੀ ਦਿੱਤਾ ਉੱਥੇ ਬੱਸ ਸਟੈਂਡ ਦੇ ਵਿੱਚ ਗਏ ਉਹਨਾਂ ਦੇ ਜਾ ਕੇ ਲਿਖ ਕੇ ਦੇ ਕੇ ਵੀ ਸਾਨੂੰ ਪ੍ਰੋਬਲਮ ਦੱਸੋ, ਸਾਨੂੰ ਐਡੇ 'ਤੇ ਗੱਡੀਆਂ ਰੋਕੋ ਤੁਸੀਂ। ਉਹ ਚੀਜ਼ਾਂ ਅਸੀਂ ਲਿਖ ਕੇ ਅਤੇ ਦੇਖ ਕੇ ਆਏ। ਸੋ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਸੀਗੇ, ਇਹਨਾਂ ਨਾਲ ਗੱਲਬਾਤ ਕੀਤੀ, ਬਹੁਤ ਬਹੁਤ ਧੰਨਵਾਦ ਜੀ ਤੁਸੀਂ ਗੱਲਬਾਤ ਕੀਤੀ ਹੈ ਸਾਡੇ ਨਾਲ। ਤਾਂ ਦੇਖੋ ਸਰਪੰਚੀ ਦੀ ਇਲੈਕਸ਼ਨਸ ਆ ਰਹੇ ਨੇ ਤਾਂ ਹਰ ਕਿਤੇ ਪਿੰਡ ਦੀਆਂ ਸੱਥਾਂ 'ਚ ਕਿਤੇ ਵੀ ਜਾਏ ਉਹ ਤਾਂ ਚਰਚਾ ਛਿੜਦੀ ਹੈ ਕਿ ਸਰਪੰਚ ਕੌਣ ਹੋਣਾ ਚਾਹੀਦਾ ਹੈ ਨਾ ਲੋਕ। ਸੋ ਸਰਪੰਚ ਬੂਟਾ ਸਿੰਘ ਜੀ ਨਾਲ ਗੱਲਬਾਤ ਕੀਤੀ ਹੈ, ਉਹਨਾਂ ਦੇ ਪਿੰਡ ਵਾਲਿਆਂ ਨੇ ਦੱਸਿਆ ਕਿ ਅਸੀਂ ਕਿਵੇਂ ਵਿਕਾਸ ਕਰਾਏ ਨੇ, ਔਰ ਦੂਜੇ ਪਾਸੇ ਜੇ ਪਿੰਡ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਵੀ ਕੁਛ ਸ਼ੰਕਾਵਾਂ ਸੀਗੀਆਂ, ਸੋ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ। ਤਾਂ ਸਰਪੰਚੀ ਦੀਆਂ ਚੋਣਾਂ ਨੇੜੇ ਆ ਚੁੱਕੀਆਂ ਨੇਗੀਆਂ, ਸੋ ਹੁਣ ਦੇਖਣਾ ਹੈ ਬਾਕੀ ਹੋਊਗਾ ਕਿ ਅੱਗੇ ਕੀ ਹੋਣ ਵਾਲਾ, ਪਿੰਡ ਵਾਲੇ ਕਿਹਨੂੰ ਚੁਣਦੇ ਨੇ ਜਾਂ ਕੀ ਨਹੀਂ। ਸੋ ਫਿਲਹਾਲ ਤੁਸੀਂ ਦੋਨਾਂ ਪੱਖਾਂ ਨੂੰ ਸੁਣਿਆ, ਸਰਪੰਚ ਦਾ ਆਪਣਾ ਬਿਆਨ ਸੁਣਿਆ ਔਰ ਪਿੰਡਾਂ ਵਾਲਿਆਂ ਦਾ ਆਪਣਾ ਬਿਆਨ ਸੁਣਿਆ। ਤੁਹਾਨੂੰ ਕੌਣ ਸਹੀ ਅਤੇ ਗਲਤ ਲੱਗਦਾ ਇਹ ਤੁਸੀਂ ਦੇਖਣਾ। ਪ੍ਰੋਗਰਾਮ ਕਿਵੇਂ ਲੱਗਿਆ?